ਵਲੰਟੀਅਰ ਗਰਲਸ ਨੂੰ ਜਿਹੜੇ ਕਿ ਕੇ ਐਨ ਕੇ ਕਾਲਜ ਦੇ ਵਿੱਚ ਜੋ ਰਿਫਰੈਸ਼ਮੈਂਟ ਦੀ ਸਰਵਿਸ ਉਹ ਕਰ ਰਹੇ ਨੇ। ਸੋ ਆਪਕਾ ਕਿਆ ਨਾਮ ਹੈ? ਸੋ ਆਪ ਕਹਾਂ ਕੇ ਰਹਿਣੇ ਵਾਲੇ? ਯਹੀ ਕਾਠਮੰਡੂ ਮੇਂ। ਸੋ ਆਪ ਯਹੀ ਪੜ੍ਹਤੇ ਹੈ? ਓਕੇ। ਸੋ ਆਪਕੋ ਕਿਸਨੇ ਇਨਵਾਈਟ ਕੀਆ ਜਹਾਂ ਕਾਲਜ ਮੇਂ? ਕਿਤਨੇ ਮੈਂਬਰ ਆਪ ਆਏ ਹੈ ਇਸ ਕੈਂਪ ਮੇਂ? ਹਮ ਲੋਗ ਪਾਂਚ ਮੈਂਬਰ। ਸੋ ਕਿਆ ਕਾਮ ਥਾ ਆਜ ਆਪਕਾ? ਹਮਕਾ ਜਸ ਯੇ ਫੂਡਸ ਡਿਸਟ੍ਰੀਬਿਊਸ਼ਨ। ਓਕੇ। ਸੋ ਯੇ ਬਹੁਤ ਹੀ ਮੇਨ ਕਾਮ ਹੈ ਜੋ ਡੋਨਰ ਹੈ ਹਮਾਰੇ ਕਸਨ ਕੋ ਤੁਰੰਤ ਰਿਫਰੈਸ਼ਮੈਂਟ ਕੀ ਜ਼ਰੂਰਤ ਹੋਤੀ ਹੈ। ਸੋ ਇਸਕੇ ਲੀਏ ਸਹੀ ਸਫਾ ਫਰੂਟ ਔਰ ਜੂਸ ਮਿਲਣਾ ਚਾਹੀਏ ਜੋ ਆਪ ਲੋਗ ਕਰ ਰਹੇ ਹੈ। ਸੋ ਆਪਨੇ ਬਹੁਤ ਅੱਛਾ ਕਾਮ ਕੀਆ, ਕੁਛ ਕਹਿਣਾ ਚਾਹੇਂਗੇ ਇਸ ਬਾਰੇ ਮੇਂ? ਆਪਕਾ ਕੈਸਾ ਲੱਗ ਰਿਹਾ ਯਹਾਂ ਪੇ? ਆਪਕੋ ਕੈਸਾ ਲੱਗ ਰਿਹਾ ਸਰਵਿਸ ਕਰਨੇ ਕੇ ਬਾਅਦ? ਬਹੁਤ ਅੱਛਾ ਲੱਗ ਰਿਹਾ ਹੈ। ਤੋ ਨੈਕਸਟ ਟਾਈਮ ਵੀ ਆਪ ਐਸਾ ਕਰਨਾ ਚਾਹੇਂਗੇ? ਐਵਰੀ ਈਅਰ ਐਵਰੀ ਕੈਂਪ ਮੇਂ ਯਹੀ ਤੋ ਹਮਾਰਾ ਮੋਟੋ ਹੈ। ਸੋ ਹਮ ਲੋਗ ਆਈਏ, ਲੋਗੋ ਕੋ ਸਮਝਾਨਾ ਹੈ ਕਿ ਬਲੱਡ ਡੋਨੇਟ ਕਰੇ। ਸਰ ਕਿਆ ਨਾਮ ਹੈ ਆਪਕਾ? ਮੇਰਾ ਨਾਮ ਰੋਸ਼ਨ। ਤੋ ਆਪਨੇ ਆਜ ਕਿਉਂ ਨਹੀਂ ਕੀਆ? ਆਜ ਤੋ ਨਹੀਂ ਕੀਆ, ਅਭੀ ਤੱਕ ਮੈਨੇ ਸੇਵਾ ਨਹੀਂ ਕੀ ਹੈ। ਸੋ ਆਜ ਆਪਨੇ ਕਿਉਂ ਨਹੀਂ ਕੀਆ? ਆਜ ਮੇਰੇ ਪੂਰੇ 3 ਮਹੀਨੇ ਨਹੀਂ ਪਹੁੰਚੇ। ਓਕੇ, ਅਗਰ 3 ਮਹੀਨੇ ਹੋ ਜਾਤੇ ਤੋ ਆਪ ਜ਼ਰੂਰ ਡੋਨੇਟ ਕਰਦੇ। ਓਕੇ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ। ਸੋ ਜੋ ਪੰਜਾਬ ਸੇ ਹਮਾਰੇ ਦੋਸਤ ਆਏ ਹੈ, ਪੰਜਾਬ ਹਰਿਆਣਾ ਯੂਪੀ ਔਰ ਰਾਜਸਥਾਨ ਸੇ ਵੀ ਕੁਛ ਦੋਸਤ ਆਏ ਹੈ, ਲੋਕਾਂ ਦਾ ਅਵੇਅਰਨੈਸ ਇਸ ਬਾਰੇ ਮੇਂ। ਤੋ ਆਪਕੋ ਕੈਸਾ ਮਹਿਸੂਸ ਹੋ ਰਹਾ ਹੈ? ਪੰਜਾਬ ਸੇ ਹਰਿਆਣੇ ਡੋਨੇਟ ਕਰਨੇ ਆਏ ਹੈ, ਤੋ ਆਪਕੋ ਕੈਸਾ ਮਹਿਸੂਸ ਹੋ ਰਹਾ ਹੈ? ਬਹੁਤ ਅੱਛਾ ਲੱਗ ਰਿਹਾ। ਚਲੋ, ਆਪ ਚਾਹੇਂਗੇ ਹਰ ਸਾਲ ਹਮ ਲੋਕ ਐਸੇ ਹੀ ਇਕੱਠਾ ਹੋ? ਇੱਕਦਮ ਇੱਕਦਮ। ਓਕੇ, ਥੈਂਕ ਯੂ ਵੈਰੀ ਮਚ, ਥੈਂਕ ਯੂ।